ਤਾਂ ਐਮਪੀ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਪੁਲਿਸ ਰਿਮਾਂਡ ਤੇ ਭੇਜਿਆ ਗਿਆ। ਜਲੰਧਰ ਪੁਲਿਸ ਦੇ ਵੱਲੋਂ ਅਰਜ਼ੀ ਦਾਇਰ ਕੀਤੀ ਗਈ ਸੀ ਤਾਂ 2 ਦਿਨ ਦੇ ਪੁਲਿਸ ਰਿਮਾਂਡ ਤੇ ਹਰਪ੍ਰੀਤ ਸਿੰਘ ਨੂੰ ਭੇਜਿਆ ਗਿਆ ਹੈ। ਫਿਲੌਰ ਪੁਲਿਸ ਹੁਣ ਇਸ ਮਾਮਲੇ ਦੇ ਬਾਰੇ ਪੁੱਛ ਪੜਤਾਲ ਕਰੇਗੀ। 4 ਗ੍ਰਾਮ ਆਈਸ ਡਰੱਗ ਸਮੇਤ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਅੱਜ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਜਲੰਧਰ ਦੇ ਸੈਸ਼ਨ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਦੇ ਵੱਲੋਂ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਮਾਣਯੋਗ ਅਦਾਲਤ ਨੇ 2 ਦਿਨ ਦਾ ਰਿਮਾਂਡ ਪੁਲਿਸ ਨੂੰ ਦੇ ਦਿੱਤਾ ਤਾਂ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ 2 ਦਿਨ ਦੇ ਪੁਲਿਸ ਰਿਮਾਂਡ ਤੇ ਰਹਿਣਗੇ। ਫਿਲੌਰ ਪੁਲਿਸ ਦੇ ਥਾਣੇਦਾਰ ਦੇ ਵੱਲੋਂ ਇਸ ਮਾਮਲੇ ਦੀ ਪੁਸ਼ਟੀ ਕੀਤੀ ਗਈ। ਪੁਲਿਸ ਦੇ ਵੱਲੋਂ ਹਾਲਾਂਕਿ ਇਸ ਮਾਮਲੇ ਦੇ ਵਿੱਚ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਦੇ ਵੱਲੋਂ 2 ਦਿਨ ਦੇ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਭੇਜ ਦਿੱਤਾ ਗਿਆ। ਦੱਸਦੇ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਆਈਸ ਡਰੱਗ ਲੈ ਕੇ ਅੰਮ੍ਰਿਤਪਾਲ ਸਿੰਘ ਅਤੇ ਲਵਪ੍ਰੀਤ ਸਿੰਘ ਕਾਰ ਦੇ ਜ਼ਰੀਏ ਜਲੰਧਰ ਵੱਲ ਵੱਧ ਰਹੇ ਸੀ ਤਾਂ ਫਿਲੌਰ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਕੋਲੋਂ 4 ਗ੍ਰਾਮ ਆਈਸ ਡਰੱਗ ਅਤੇ 1 ਲਾਈਟਰ ਮਿਲਿਆ ਸੀ ਤਾਂ ਲਗਾਤਾਰ ਇਸ ਮਾਮਲੇ ਦੀ ਪੈਰਵਾਈ ਕੀਤੀ ਗਈ। ਉਦੋਂ ਕੋਰਟ ਦੇ ਵੱਲੋਂ ਇਹਨਾਂ ਦੋਵਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੋਰਟ ਦੇ ਵਿੱਚ ਕਸਟਡੀ ਦੀ ਮੰਗ ਆ ਜਿਹੜੀ ਕੀਤੀ ਗਈ, ਬਕਾਇਦਾ 1 ਅਰਜ਼ੀ ਦਾਇਰ ਕੀਤੀ ਗਈ ਤਾਂ ਅੱਜ ਅਦਾਲਤ ਵਿੱਚ ਹਰਪ੍ਰੀਤ ਅਤੇ ਲਵਪ੍ਰੀਤ ਸਿੰਘ ਨੂੰ ਪੇਸ਼ ਕੀਤਾ ਗਿਆ। 10 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਕੋਰਟ ਦੇ ਵੱਲੋਂ ਇਹਨਾਂ ਦੋਵਾਂ ਨੂੰ 2 ਦਿਨ ਦਾ ਰਿਮਾਂਡ ਤੇ ਭੇਜ ਦਿੱਤਾ। ਫਿਲੌਰ ਪੁਲਿਸ ਹੁਣ ਇਹਨਾਂ ਤੋਂ ਪੁੱਛ ਪੜਤਾਲ ਕਰੇਗੀ ਕਿ ਆਖਿਰਕਾਰ ਇਸ ਮਾਮਲੇ ਦੇ ਨਾਲ ਹੋਰ ਕੌਣ ਕੌਣ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜਿਆ ਹੋਇਆ। ਦੇਖੋ ਜੀ, ਪਹਿਲੇ ਦਿਨ ਤੋਂ ਅਸੀਂ ਫੋਲੋ ਕਰ ਰਹੇ ਹਾਂ ਇਸ ਕੇਸ ਨੂੰ, ਠੀਕ ਹੈ ਜੀ। ਫਲੋਰ ਸਾਹਿਬ ਦੇ ਰਿਮਾਂਡ ਨਹੀਂ ਸੀ ਮਿਲਿਆ ਨਾ, ਇਹਨਾਂ ਨੇ ਫਿਰ ਬਾਅਦ 'ਚ ਰਿਵੀਜ਼ਨ ਕੀਤੀ ਇੱਥੇ, ਅਸੀਂ ਆਰਗਿਊ ਕਰਕੇ ਆਏ ਜੀ। ਇਹਦੇ 'ਚ ਬੰਦੇ ਵੀ ਸਾਰੇ ਇੱਥੇ ਪੇਸ਼ ਲਿਆਏ, ਪ੍ਰੋਡਕਸ਼ਨ ਮੰਨ ਤੇ ਲਿਆਏ ਸੀ ਕਰਦੇ। ਇੱਕ ਬਹੁਤ ਬੋਗਸ ਫੈਕਟ ਦੇ ਨਾਲ ਇੱਕ ਝੂਠਾ ਕੇਸ ਇਹਨਾਂ 'ਤੇ ਪਾਇਆ ਗਿਆ, ਸਿਰਫ ਇਸ ਕਰਕੇ ਕਿ ਭਾਈ ਅੰਮ੍ਰਿਤਪਾਲ ਸਿੰਘ ਇਹਨਾਂ ਦੇ ਬ੍ਰਦਰ ਨੇ ਅਤੇ ਇਹਨਾਂ ਨੂੰ ਮਤਲਬ ਡਿਫੇਮ ਕਰਨਾ ਚਾਹੁੰਦੇ ਪੂਰੀ ਫੈਮਿਲੀ। ਸਰ ਰਿਮਾਂਡ ਕਿੰਨਾ ਮਿਲਿਆ? ਸਰ ਰਿਮਾਂਡ ਦਾ ਆਰਡਰ ਅਜੇ ਆਰਡਰ ਰਿਜ਼ਰਵ ਰੱਖਿਆ ਕੋਰਟ ਨੇ, ਜੀ ਆਰਗੂਮੈਂਟਸ ਹੋ ਗਏ, ਆਰਡਰ ਰਿਜ਼ਰਵ ਆ, ਆਰਡਰ ਥੋੜੀ ਦੇਰ ਤੱਕ ਪਤਾ ਲੱਗ ਗਿਆ। ਸਰ ਕੋਈ ਬੇਲ ਦਾ ਵੀ, ਬੇਲ ਵਗੈਰਾ ਵੀ ਲਗਾਏਗੀ ਫੈਮਿਲੀ ਵੱਲੋਂ ਕੋਈ? ਜੀ ਸਰ, ਬੇਲ ਹੈ ਜੀ, ਬੇਲ ਹਰਪ੍ਰੀਤ ਦੀ ਬੇਲ ਫਾਈਲ ਹੈ ਜੀ। ਹਾਂਜੀ, ਪੁਲਿਸ ਦਾ ਕਹਿਣਾ ਜਿਹੜਾ ਮੌਕੇ ਤੋਂ ਇਹਨਾਂ ਕੋਲ ਸਮਾਨ ਬਰਾਮਦ ਹੋਇਆ, ਪਹਿਲਾ ਗੱਲ ਤਾਂ ਮੌਕੇ ਤੋਂ ਇਹਨਾਂ ਨੂੰ ਚੱਕਿਆ ਨਹੀਂ ਜਿੱਥੇ ਦੀ ਅਕਰੰਸ ਬਣਾਈ ਇਹਨਾਂ ਨੇ, ਫਲੋਰ ਦੀ ਅਕਰੰਸ ਬਣਾਈ, ਫਲੋਰੋਂ ਚੱਕਿਆ ਨਹੀਂ। ਜੋ ਮੇਰੀ ਇਹਨਾਂ ਨੇ ਫੈਮਿਲੀ ਨਾਲ ਗੱਲਬਾਤ ਹੋਈ ਆ, ਜੋ ਦੋਨਾਂ ਮੁਲਜ਼ਮਾਂ ਨਾਲ ਗੱਲਬਾਤ ਹੋਈ ਆ, ਉਹਦੇ ਅਕੋਰਡਿੰਗਲੀ ਇਹਨਾਂ ਨੂੰ ਚੱਕਿਆ ਹੀ ਉੱਧਰਲੀ ਸਾਈਡ ਤੋਂ ਆ। ਇਹਨਾਂ ਨੂੰ ਫੋਲੋ ਕਰਦੀ ਆ ਰਹੀ ਸੀ ਗੱਡੀ ਕੋਈ, ਜੋ ਇਹਨਾਂ ਨੇ ਮੈਨੂੰ ਦੱਸਿਆ ਫੋਲੋ ਕਰਦੀ ਗੱਡੀ ਆ ਰਹੀ ਸੀ ਅਤੇ ਇਹਨਾਂ ਨੇ ਇਹਨਾਂ ਨੂੰ ਆਪਣਾ ਇਸ ਕੇਸ 'ਚ ਲਾਡੋਵਾਲ ਟੋਲ ਪਲਾਜ਼ਾ ਕੱਟ ਕੇ ਅੱਗੇ ਫਲੋਰ ਅਤੇ ਕਿਰਾਇਆਂ ਦੇ ਵਿੱਚ ਜਿੱਥੇ ਕਹਿ ਰਹੇ ਜੀ ਕਿ ਪੱਧਰੇ ਸੜਕ 'ਤੇ ਇਹ ਨਸ਼ਾ ਕਰ ਰਹੇ ਗੱਡੀ ਦੇ ਵਿੱਚ, ਨਸ਼ਾ ਕਰਨਾ ਜਿਹਨੇ ਪੱਧਰੇ ਸੜਕ 'ਤੇ ਥੋੜ੍ਹੀ ਕਰੂਗਾ, ਸਮਝਣ ਵਾਲੀ ਗੱਲ ਆ। ਸਰ ਇਹ ਵੀ ਰਿਪੋਰਟਸ ਪੋਜ਼ਿਟਿਵ, ਉਹਦਾ ਵੀ ਮੈਂ ਜਵਾਬ ਦਿੰਦਾ। ਉਹਦੇ 'ਚ ਇਹ ਆ ਜਿਹੜਾ ਹਰਪ੍ਰੀਤ ਸਿੰਘ ਆ, ਇਹ ਜਿਮ ਦਾ ਟਿੱਕਾ ਜਿਮ ਜਾਂਦਾ, ਉਹਦੇ 'ਚ ਥੋੜ੍ਹੇ ਬਹੁਤੇ ਸਟੀਰੋਇਡਸ ਲੈਂਦਾ ਅਤੇ ਸਟੀਰੋਇਡ ਜਦੋਂ ਬੰਦਾ ਲੈਂਦਾ ਉਹਦੇ 'ਚ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਉਣਾ ਹੀ ਆਉਣਾ। ਕਿਹੜਾ ਕੈਮੀਕਲ ਮਿਲਿਆ ਸਰ? ਕੈਮੀਕਲ ਰਿਪੋਰਟ ਨਹੀਂ ਜੀ ਹਜੇ ਆਈ। ਦੂਸਰੀ ਗੱਲ ਜਿਹੜਾ ਆਪਣਾ ਲਵਪ੍ਰੀਤ ਸਿੰਘ ਆ, ਲਵਪ੍ਰੀਤ ਸਿੰਘ ਦਾ ਵੀ ਇਹੀ ਹੈ, ਉਹ ਵੀ ਸਟੀਰੋਇਡਸ ਵਗੈਰਾ ਲੈਂਦਾ, ਦੋਨੇ ਸਟੀਰੋਇਡ ਲੈਂਦੇ ਆ, ਉਹਦੇ ਨਾਲ ਡੋਪ ਟੈਸਟ ਪੋਜ਼ਿਟਿਵ ਆ ਹੀ ਜਾਂਦਾ। ਦੇਖੋ ਪਹਿਲਾਂ ਤਾਂ ਮੌਕੇ 'ਤੇ ਜਿਹੜੀ ਇਹ ਕਹਿੰਦੇ ਆ ਕਿ ਆਈਸ ਡਰੱਗ ਹੋਈ ਆ,
ਇਹਨਾਂ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਪਾਊਡਰ ਇੰਟੋਕਸੀਕੈਂਟ ਪਾਊਡਰ ਜੀ ਇੰਟੋਕਸੀਕੈਂਟ ਪਾਊਡਰ ਲਿਖਿਆ ਇਹਨਾਂ ਨੇ। ਮੀਨ ਵਾਈਲ ਐਸ ਐਸ ਪੀ ਸਾਹਿਬ ਕਾਨਫਰੰਸ ਲਾ ਰਹੇ ਆ ਕਿ ਆਈਸ ਡਰੱਗ ਮਿਲਿਆ, ਉਹ ਸੋਲਟ ਦਾ ਰਿਪੋਰਟ ਤਾਂ ਆਈ ਨਹੀਂ, ਇਹਨਾਂ ਨੂੰ ਕਿੱਦਾਂ ਪਤਾ ਜੀ ਆਈਸ ਮਿਲਿਆ। ਉਸ ਤੋਂ ਬਾਅਦ ਇਹਨਾਂ ਨੇ ਜੀ ਰਿਮਾਂਡ ਦੇ ਵਿੱਚ ਵੀ ਆਈਸੀ ਆਈਸ ਲਿਖਿਆ, ਐਫ ਆਈ ਆਰ 'ਤੇ ਇਹਨਾਂ ਦਾ ਰਿਮਾਂਡ ਲਿਖਿਆ, ਦੋਨੋਂ ਕੰਟਰਾਡਿਕਟ ਹੋ ਰਹੇ ਆ। ਪੇਟੀਐਮ ਦੇ ਵਿੱਚ ਵੀ ਕਿਹੜੀ ਆਨਲਾਈਨ ਟ੍ਰਾਂਜੈਕਸ਼ਨਾਂ ਕਿਹੜੀਆਂ ਕੀਤੀਆਂ ਗਈਆਂ? ਪੇਟੀਐਮ ਦੀ ਜਿਹੜੀ ਹੈਗੀ ਟ੍ਰਾਂਜੈਕਸ਼ਨ, ਪੇਟੀਐਮ ਦੀ ਟ੍ਰਾਂਜੈਕਸ਼ਨ ਇਹਨਾਂ ਨੇ ਹਜੇ ਤੱਕ ਅੱਜ ਵੀ ਕੋਰਟ 'ਚ ਪੇਸ਼ ਨਹੀਂ ਕੀਤੀ, ਜਿਹੜੀ ਸਕਰੀਨਸ਼ਾਟ ਇਹਨਾਂ ਨੇ ਲੈਣਾ ਸੀ ਉਹ ਅੱਜ ਵੀ ਪੇਸ਼ ਨਹੀਂ। ਲੁਧਿਆਣੇ ਦਾ ਕਿਹੜਾ ਫੜਿਆ ਗਿਆ ਹੈਗਾ ਵਾ, ਕਿਹੜਾ ਦੱਸਿਆ ਜਾ ਰਿਹਾ ਉਸਨੇ ਉਹ ਸੰਦੀ ਉਹਦਾ ਕੀ ਰੋਲ ਫੜਿਆ ਗਿਆ ਤਸਕਰ ਨਾਲ ਫੜਿਆ? ਦੇਖੋ ਵੈਸੇ ਤਾਂ ਇਹ ਸਿਰਫ ਇੱਕ ਬੋਗਸ ਕੇਸ ਆ, ਇੱਕ ਝੂਠਾ ਕੇਸ ਬਣਾਇਆ ਗਿਆ ਦੋਨਾਂ ਮੁਲਜ਼ਮਾਂ ਦੇ ਖਿਲਾਫ, ਕਿਉਂਕਿ ਅੰਮ੍ਰਿਤਪਾਲ ਜੀ ਦਾ ਨਾਮ ਇਹਨਾਂ ਦੇ ਨਾਲ ਜੁੜਦਾ ਜੀ। ਮੋਰਓਵਰ ਇਹਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਆ ਕਿ ਆਪਣਾ ਸੰਦੀਪ ਅਰੋੜਾ ਫੜਿਆ, ਉਸ ਤੋਂ ਬਾਅਦ ਇਹਨਾਂ ਨੇ ਸਾਡੇ ਬਿਆਨਾਂ 'ਤੇ ਫੜਿਆ ਗਿਆ ਉਹ ਜੀ, ਕੰਜ਼ਮਪਸ਼ਨ 'ਚ ਸਾਨੂੰ ਫੜਿਆ, ਨਾ ਕਿ ਸਾਨੂੰ ਕੀ ਉਹ ਸਪਲਾਈ ਕੀਤੀ ਸੀ ਉਸਨੇ ਉਸ ਸਪਲਾਈ ਕੀਤੀ ਸੀ ਸੰਦੀਪ ਅਰੋੜੇ ਨੇ। ਦੇਖੋ ਜੀ ਜੇ ਸਪਲਾਈ ਅਸੀਂ ਕਰਦੇ ਹੁੰਦੇ ਜਾਂ ਉਹਨੇ ਸਾਨੂੰ ਕੀਤੀ ਹੁੰਦੀ ਤਾਂ ਸਾਡੇ ਕੋਲੋਂ ਪੈਸੇ ਮਿਲਦੇ ਜੀ ਜਾਂ ਕੁਛ ਹੋਰ ਮਿਲਦਾ। ਇਹਨਾਂ ਨੇ ਸਿਰਫ 4 ਗ੍ਰਾਮ ਪਾ ਕੇ ਸਾਡੇ 'ਤੇ ਸਾਨੂੰ ਸਿਰਫ ਡਿਫੇਮ ਕੀਤਾ, ਹੋਰ ਕੁਛ ਨਹੀਂ ਹੈ ਸਹੀ 'ਚ, ਇਹ ਟੋਟਲੀ ਬੋਗਸ ਕੇਸ ਹੈ ਜੀ। ਜਦੋਂ ਅੱਗੇ ਟ੍ਰਾਇਲ ਜਦੋਂ ਟ੍ਰਾਇਲ ਚੱਲਣਾ ਉਹਦੇ ਵਿੱਚ ਸਾਰਾ ਕੁਛ ਕਲੀਅਰ ਹੋ ਜਾਣਾ ਕਿ ਇਟਸ ਅ ਬੋਗਸ ਕੇਸ।